ਦੋ ਧਿਰਾਂ ਦੇ ਵਿਚਕਾਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਵੱਡੇ ਮਨਾ ਕੇ ਆ ਰਹੇ ਨੌਜਵਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਬਾਂਹ ਦੇ ਵਿੱਚੋਂ ਗੋਲੀ ਆਰ ਪਾਰ ਹੋ ਗਈ ਤੇ ਦੂਸਰੀ ਗੋਲੀ ਉਸਦੇ ਪੇਟ ਨੂੰ ਛੂ ਕੇ ਲੰਘ ਗਈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ। ਅੱਧੀ ਰਾਤ ਨੂੰ ਕਿਹਾ ਜਾ ਰਿਹਾ ਕਿ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਜਾਂਦੀਆਂ ਨੇ। ਪਹਿਲਾਂ ਤਾਂ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ। ਤਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲਾਅ ਗੇਟ ਦੇ ਉੱਤੇ ਕਿਹਾ ਜਾ ਰਿਹਾ ਕਿ ਅੱਧੀ ਰਾਤ ਨੂੰ ਇਹ ਲੜਾਈ ਹੋਈ ਹੈ, ਜਿਸ ਦੇ ਵਿੱਚ ਕਈ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਵੱਡੇ ਮਨਾ ਕੇ ਆ ਰਹੇ ਨੌਜਵਾਨਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ। ਬਾਈਕ ਦੇ ਉੱਤੇ ਕਿਹਾ ਜਾ ਰਿਹਾ ਕਿ ਤਿੰਨ ਬਦਮਾਸ਼ ਆਉਂਦੇ ਨੇ ਤੇ ਆਉਂਦੇ ਸਾਰ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਉਸ ਤੋਂ ਬਾਅਦ ਦੇ ਵਿੱਚ ਫਾਇਰਿੰਗ ਤੋਂ ਬਾਅਦ ਕਿਹਾ ਜਾ ਰਿਹਾ ਕਿ ਇੱਕ ਦੂਜੇ ਦੇ ਉੱਤੇ ਇੱਟਾਂ ਰੋਣਿਆਂ ਦੇ ਨਾਲ ਵੀ ਹਮਲਾ ਕੀਤਾ ਗਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਨਾਮ ਆਦਰਸ਼ ਤ੍ਰਿਪਾਠੀ ਹੈ। ਹਾਂਜੀ ਸਰ, ਕੀ ਮਾਮਲਾ? ਕੀ ਸਿਵਲ ਹਸਪੀਟਲ 'ਚ ਆਏ ਹਾਂ। ਮੈਂ ਆਪਣੇ ਦੋਸਤ ਕੋਲ ਲੈਣੇ ਗਿਆ ਥਾ। ਹਾਂਜੀ, ਤੋ ਵਹਾਂ ਪੇ ਆਪਸ ਮੇਂ ਕੁਛ ਬਾਤ ਕਰ ਰਹੇ ਥੇ ਯੇ ਲੋਗ, ਤੋ ਉਧਰ ਸੇ ਅਪੋਜ਼ਿਟ ਪਾਰਟੀ ਵਾਲੇ ਆਏ, ਉਹਨੇ ਕੁਛ ਬਾਤ ਕਰੀ, ਉਸਕੇ ਬਾਅਦ ਇੱਕ ਇੱਕ ਬੰਦੇ ਕੋ ਤਿੰਨ ਤਿੰਨ ਲੋਕ ਲੈ ਜਾ ਰਹੇ ਥੇ। ਤੇ ਕੋਈ ਨਾਮ ਵਗੈਰਾ ਹੈ ਉਹ ਪੁੱਛੇ ਪਾਰਟੀ ਦਾ? ਹਾਂ, ਨਾਮ ਹੈ ਅਲਫਾ ਅਮਨ ਅਲਫਾ ਹੈ, ਗੌਰਵ ਗੌਤਮ ਹੈ, ਉਸਕੇ ਬਾਅਦ ਸਤਿਅਮ ਔਰ ਯਸ ਰਾਠੀ ਔਰ ਉਨਕੇ ਸਾਥ ਔਰ ਵੀ ਕਈ ਲੋਕ ਥੇ, ਉਹ ਮਤਲਬ ਥੇ 10 ਲੋਕ ਥੇ। ਇਸ ਚੀਜ਼ ਸੇ ਬਾਹਰ ਕੀਆ ਉਹਨਾਂ ਨੇ? ਹਾਂ, ਇਸ ਚੀਜ਼ ਦੇ ਉੱਪਰ ਬਾਹਰ ਕੀਆ ਉਹਨਾਂ ਨੇ? ਕੜੇ ਸੇ ਬਾਹਰ ਕਰਾਉਣਾ। ਹਾਂਜੀ, ਉਹਨਾਂ ਨੇ ਪਹਿਲੇ ਕੜੇ ਸੇ ਬਾਹਰ ਕਰਨਾ ਚਾਲੂ ਕਰਾ, ਫਿਰ ਉਹਨਾਂ ਨੇ ਪੱਥਰ ਈਂਟ ਜੋ ਵੀ ਉਨਕੇ ਹੱਥ ਮੇਂ ਟਾਈਲੇ ਥੀ ਵੋ ਫੋੜਨਾ ਚਾਲੂ ਕਰੀ, ਬੈਲਟ ਨਿਕਾਲਾ, ਉਸਕੇ ਬੱਕਲ ਸੇ ਮਾਰਨਾ ਚਾਲੂ। ਨਹੀਂ, ਮੇਰੇ ਸਰ ਕੋਈ ਪੁਰਾਣੀ ਰਜਿਸ਼ ਨਹੀਂ ਥੀ, ਤਿੰਨ ਲੋਕ ਕੀ ਆਪਸ ਮੇਂ ਕੁਛ ਬਾਤ ਚੱਲ ਰਹੀ ਥੀ, ਮੈਂ ਤੋ ਆਪਣੇ ਦੋਸਤ ਕੋ ਲੈਣੇ ਗਿਆ ਥਾ, ਔਰ ਮੇਰੇ ਦੋਸਤ ਕੋ ਯੇ ਲੋਗ ਮਾਰ ਰਹੇ ਥੇ ਤੋ ਮੈਂ ਉਸੇ ਬਚਾਨੇ ਗਿਆ, ਤੋ ਇਹਨਾਂ ਮੇਰੇ ਉੱਪਰ ਜਿਤਨੇ 8-10 ਲੜਕੇ ਥੇ ਇਹਨਾਂ ਮੇਰੇ ਉੱਪਰ ਵਾਰ ਕਰਨੇ ਚਾਲੂ। ਸਰ ਕਿਤਨੇ ਵਜੇ ਹੋਇਆ ਜੀ ਹਮਲਾ? ਯੇ ਮੇਰੇ ਹਿਸਾਬ ਸੇ 2:30 ਵਜੇ ਕੇ ਬਾਅਦ ਹੋਇਆ ਹੈ, ਮੁਝੇ ਐਗਜੈਕਟਲੀ ਟਾਈਮ ਪਤਾ ਨਹੀਂ ਹੈ। ਫਿਰ ਮੈਂ ਵਹਾਂ ਸੇ ਆਪਣਾ ਬਚਾਓ ਕਰਤੇ ਹੋਏ ਮੈਂ ਇੱਕ ਸ਼ਿਵ ਅਪਾਰਟਮੈਂਟ ਪੀ ਜੀ ਹੈ ਉਸਕੀ ਤਰਫ ਗਿਆ, ਉਸਕੇ ਆਗੇ ਜਾ ਕੇ ਇੱਕ ਛੋਟਾ ਢਾਬਾ ਟਾਈਪ ਮੇਂ ਥਾ, ਉਸਸੇ ਮੈਨੇ ਮਦਦ ਮਾਂਗੀ, ਉਸਨੇ ਮੁਝੇ ਪਾਣੀ ਉਨੀ ਪਿਲਾਇਆ, ਮੈਂ ਵਹਾਂ ਪੇ 15-20 ਮਿੰਟ ਬੈਠਾ, ਮੈਨੇ ਵਹਾਂ ਉਸਸੇ ਵੀਡੀਓ ਵੀ ਬਨਵਾਈ ਆਪਣੇ ਉਸਕੀ, ਫਿਰ ਮੈਂ ਆਪਣੇ ਦੋਸਤੋਂ ਉਸ ਟਾਈਮ ਤੱਕ ਪੁਲਿਸ ਆ ਚੁੱਕੀ ਥੀ, ਤੋ ਮੈਂ ਪੁਲਿਸ ਕੇ ਪਾਸ ਗਿਆ ਔਰ ਆਪਣੀ ਸ਼ਿਕਾਇਤ ਦਰਜ ਕਰਾਈ। ਫਿਰ ਮੈਂ ਜਬ ਆਪਣੇ ਦੋਸਤੋਂ ਕੇ ਸਿਵਲ ਹੋਸਪਿਟਲ ਆਇਆ, ਤੋ ਸਿਵਲ ਹੋਸਪਿਟਲ ਕੇ ਮੇਨ ਗੇਟ ਪੇ ਵੀ ਇਹਨਾਂ ਨੇ ਮੇਰੇ ਉੱਪਰ ਵਾਰ ਕਰੇ ਹੈ, ਆਪ ਸਿਵਲ ਹੋਸਪਿਟਲ ਕੇ CCTV ਚੈੱਕ ਕਰਾ ਸਕਤੇ ਹੈ। ਤੇ ਆਪ ਕਹਾਂ ਰਹਤੇ ਹੈ? ਮੈਂ ਜੈਸੀ ਪ੍ਰੋਪਰਟੀ ਰਹਤਾ ਹੂੰ, ਲਾਈਫ ਅਪਾਰਟਮੈਂਟ ਮੇਂ। ਨਾਮ ਸਤਿਅਮ। ਹਾਂਜੀ, ਕਿੱਥੇ ਦੇ ਰਹਿਣ ਵਾਲੇ? ਗ੍ਰੇਟਰ ਨੋਇਡਾ। ਹਾਂਜੀ, ਗ੍ਰੇਟਰ ਨੋਇਡਾ। ਹਾਂਜੀ, ਕੀ ਮਾਮਲਾ ਕੀ ਹੈ ਜਿਹੜਾ ਸਵੇਰੇ ਆਏ ਹੋ? ਮੈਂ ਜੀ ਵਾਹ ਖਾਲਾ ਸੀ। ਹਾਂਜੀ, ਤਿੰਨ ਬੰਦੇ ਆਏ ਬਾਈਕ ਪੇ। ਹਾਂਜੀ, ਉਹਨਾਂ ਨੇ ਕੁਝ ਚਲਾਇਆ। ਹਾਂਜੀ, ਫਟਦੇ ਸੀ ਨਾ ਆਵਾਜ਼ ਆਈ। ਹਾਂ, ਫਟਦੇ ਸੀ ਨਾ ਆਵਾਜ਼ ਆਈ, ਉਸਕੇ ਬਾਅਦ ਕੱਟ ਮੇਰੇ ਕੋਲ ਹੱਥ 'ਚ ਦਰਦ ਹੁਆ। ਮੈਨੇ ਇੱਕੋ ਆਵਾਜ਼ ਮਾਰੀ ਬਾਈ, ਮੇਰੇ ਹੱਥ ਮੇਂ ਲੱਗੀ, ਤੋ ਬਾਈ ਬਾਈ ਆਇਆ, ਉਸਨੇ ਮੇਰਾ ਹੱਥ ਪਕੜਾ, ਗਾਡੀ ਮੈਂ ਲੈ ਕੇ ਆ ਗਿਆ। ਬਸ ਇਹੀ ਪਤਾ ਹੈ। ਕਿਤਨੀ ਮਗੀ ਗੋਲੀਆਂ ਚਲਾਈਆਂ ਉਹਨਾਂ ਨੇ? ਹਾਂਜੀ, ਕਿਤਨੇ ਆਦਮੀ ਥੇ, ਕਿਤਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ? ਜੀ, ਇੱਕ ਬਾਈਕ ਪੇ 3 ਜਣੇ ਥੇ, ਬਸ ਇਤਨੀ ਪਤਾ ਹੈ।
मनी एक सरफराज और यासीन और दो नहीं हाँ दो बंदे और कितने फायर किए उन्होंने ये मुझे नहीं पता जी। एक इन्फॉर्मेशन मिली सी जी अर्ली मॉर्निंग जरा इधर लॉ गेट एरिया दे विच कुछ लड़के जो पी जी से रेंदे ने उन्होंने आपस के लड़ाई हुई है मौके पर अपनी पुलिस पार्टी सारिया आई हैं इतों असी सत्त अठ बंदे जोड़े है वो राउंड अप किए हैं वी आर रजिस्टरिंग द केस तो उस तो बाद अपडेट देने और साड़ी पुलिस पार्टी डिप्लीकेट ने मैडम कोई खोल वगैरह बरामद होया कोई वेरीफाई कर रहे हैं जी हाँ जी एक फायरिंग रिपोर्ट हुई है तो कुछ सानू खोल मिले है और असी बंदे काफ़ी सारे राउंड अप कर ले सत्त अठ बंदे राउंड अप कर ले है और पुलिस पार्टी डिप्लीकेट ने ऑलरेडी वी आर रजिस्टरिंग द केस।